आम आदमी पार्टी नूं पुछना चाहुंदा हां कि सानूं पंजाबियों नूं पता नहीं लग रहा कि पंजाब का मुख्यमंत्री कौन है, केजरीवाल है या भगवंत मान है, क्योंकि जिथे जाइए मेरे को इंडस्ट्रियलिस्ट मिले, मेरे को व्यापारी मिले, मेरे को कई होर वर्ग के लोग मिले, जिहड़े भी मंत्री को जाते हैं मंत्री कहते जी कि तुसी केजरीवाल नूं मिल लो, वो जो कहूगा सानू कर लो। हुण तुसी देख लो इंडस्ट्री की मीट पंजाब की है, मिलनी कहने इंडस्ट्री मिलनी तो केजरीवाल का की काम है? दूजे सूबे का मुख्यमंत्री आके गरंटी दूगा? अपना मुख्यमंत्री नहीं कह सकता कि मैं तुहानू आ दूंगा कि उहदे जमान खत्म हो गई? जे कोई समट हुंदा केजरीवाल, जो कुछ हुंदा केजरीवाल, स्कूल ऑफ एमिनेंस बनाउणा कहिंदे आ ते लियाओ जी केजरीवाल नूं। सो इस करके मुख्यमंत्री कौन है, किनू असी जुम्मेवार समझिए? ऐ जी निकम्मी नलायक सरकार अज तक नहीं पंजाब नहीं देश च नहीं देखी। मैं देशवासियों नूं बेनती करना चाहुंदा आ जिहड़ी आम आदमी पार्टी है आ ठग्गां दी पार्टी है। हिंदुस्तान विच पंजाब दे खजाने तो 750 करोड़ रुपया कढ़ा के अपनी मशहूरी अपनी पार्टी नूं तगड़ा करन वास्ते इश्तिहार दे रहे हैं। हिंदुस्तान दे कोने कोने च आ इश्तिहार सारे जाली है, फ्रॉड है। जे तुसी इन्हां दी करतूतां देखणी है, मैं कहना चाहुंदा सारे पोलिटिकल पार्टियां नूं ते उन्हां दे वर्करां नूं ते लीडरां नूं आके पंजाब देखो कै जा माड़ा हाल आम आदमी पार्टी सरकार ने कर दिता। 2 सालां च ऐ जी तबाही लियांदी है पंजाब च आम आदमी पार्टी सरकार ने। सानू डर है कि अगले 5-3 होर सालां दे जिहड़े रह गए है पता नहीं पंजाब दा की होगा। इस करके जे अपने सूबिआं नूं बचाउणा है आम आदमी पार्टी तो बच के रहो, इन्हां दे झूठ तो बच के रहो। ਮਾਲਾ ਸਾਹਿਬ 2024 ਦੇ ਲੋਕ ਸਭਾ ਚੋਣਾਂ ਆ ਰਹੀਆਂ ਨੇ, ਗੱਠਜੋੜ ਦੀ ਗੱਲ ਹੋਈ ਆਮ ਆਦਮੀ ਪਾਰਟੀ ਕਾਂਗਰਸ ਦੀ, ਸਰ ਸ਼੍ਰੋਮਣੀ ਅਕਾਲੀ ਦਲ ਕਿਸ ਤਰ੍ਹਾਂ ਦੇਖਦਾ ਹੈ? ਸ਼੍ਰੋਮਣੀ ਅਕਾਲੀ ਦਲ ਤਾਂ ਸਦਾ ਰੈਡੀ ਹੈ, ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਅਤੇ ਅੱਜ ਬੋਲਦੇ ਵੀ ਕਿਹਾ, ਆਹ ਨੈਸ਼ਨਲ ਪਾਰਟੀਆਂ ਇੱਕ ਪਾਸੇ ਹੈ ਅਤੇ ਪੰਜਾਬ ਦੀ ਪਾਰਟੀ ਇੱਕ ਪਾਸੇ ਹੈ। ਪੰਜਾਬ ਦੀ ਜਨਤਾ ਹੁਣ ਫੈਸਲਾ ਕਰੂਗੀ ਕਿ ਪੰਜਾਬੀਆਂ ਦੀ ਅਸਲੀ ਆਵਾਜ਼ ਕੌਣ ਹੈ। ਅੱਜ ਤੱਕ ਕਿਸੇ ਨੈਸ਼ਨਲ ਪਾਰਟੀ ਨੇ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕੀਤੀ, ਆਵਾਜ਼ ਦੇ ਮੁਸ਼ਕਲਾਂ ਦੀ ਹੱਕ ਗੱਲ ਨਹੀਂ ਕੀਤੀ। ਜੇ ਅੱਜ ਤੱਕ ਲੜਾਈ ਲੜੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ। ਜਿਹੜਾ ਪਾਣੀ ਹੈ ਪੰਜਾਬ ਦਾ ਖੋਇਆ ਕਿਹਨੇ? ਨੈਸ਼ਨਲ ਪਾਰਟੀ ਕਾਂਗਰਸ ਨੇ। ਅੱਜ ਰਾਜਸਥਾਨ ਨੂੰ ਪਾਣੀ ਦਿੱਤਾ ਕਾਂਗਰਸ ਨੇ, ਦਰਬਾਰ ਸਾਹਿਬ 'ਤੇ ਹਮਲਾ ਕੀਤਾ ਕਾਂਗਰਸ ਨੇ। ਆਹ ਜਿਹੜੀ ਹੁਣ ਆਮ ਆਦਮੀ ਪਾਰਟੀ ਹੈ ਜੇ ਉਹ ਫੈਸਲੇ ਕਰ ਰਹੀ ਹੈ, ਨੌਕਰੀਆਂ ਦੇ ਰਹੀ ਹੈ ਬਾਹਰਲੇ ਸੂਬਿਆਂ ਨੂੰ ਦੇ ਰਹੀ ਹੈ, ਬਾਹਰਲੇ ਸੂਬਿਆਂ ਨੂੰ, ਹੁਣ ਪੰਜਾਬ ਦੇ ਵਿੱਚ ਪਾਣੀ ਦੀ ਕਮੀ ਸੀ ਰਾਜਸਥਾਨ ਨੂੰ ਪਾਣੀ ਦੇ ਰਹੀ ਹੈ। ਕਿਉਂ? ਉਹਨਾਂ ਦਾ ਲਗਾ ਹੈ ਕਿ ਇੱਥੋਂ ਤਾਂ ਜਿੱਤ ਗਏ ਦੂਜੀ ਜਗ੍ਹਾ ਜਾ ਕੇ ਜਿੱਤ ਗਏ। ਸਰ ਇੱਕ ਇੰਡੀਆ ਗੱਠਜੋੜ ਬਣ ਰਿਹਾ, ਇੱਕ ਭਾਜਪਾ ਗੱਠਜੋੜ, ਫਿਰ ਅਕਾਲੀ ਦਲ ਕਿੱਧਰ? ਅਕਾਲੀ ਦਲ ਤੁਹਾਨੂੰ ਜਲਦੀ ਦੱਸ ਦਾਂਗੇ ਕਿੱਧਰ ਹੈ, ਅਸੀਂ ਤਾਂ ਪੰਜਾਬ 'ਚ ਹੈ। ਜੋ ਮਰਜ਼ੀ ਗੱਠਜੋੜ ਬਣਾ ਕੇ ਆ ਜਾਓ, ਅਸੀਂ ਤਾਕਰਾ ਕਰਨ ਨੂੰ ਤਿਆਰ ਹਾਂ। ਪੰਜਾਬ 'ਚ ਨਸ਼ਾ ਦਾ ਕਾਰੋਬਾਰ ਲਗਾਤਾਰ ਮੌਤਾਂ ਹੋ ਰਹੀਆਂ, ਮੋਗੇ ਜ਼ਿਲ੍ਹੇ 'ਚ ਵੀ ਜੇ ਗੱਲ ਕੀਤੀ ਤਾਂ 15 ਦਿਨਾਂ 'ਚ 5 ਮੌਤਾਂ। ਨਸ਼ਾ ਪੰਜਾਬ ਵਿੱਚ ਅੱਜ ਰਿਕਾਰਡ ਤੋੜ ਦਿੱਤੇ ਜਿੰਨਾ ਮਿਲ ਰਿਹਾ। ਮੈਂ ਅੱਜ ਦਾਅਵੇ ਨਾਲ ਕਹਿ ਰਿਹਾ, ਨਸ਼ਾ ਵਿਕਾਉਣ ਵਾਸਤੇ ਅੱਜ ਘਰ ਘਰ ਪਹੁੰਚਾਉਣ ਵਾਸਤੇ ਸਭ ਤੋਂ ਵੱਡੇ ਗੁਨਾਹਗਾਰ ਆਮ ਆਦਮੀ ਪਾਰਟੀ ਦੇ MLA ਹੈ। ਆ MLA ਮਹੀਨਾ ਬੰਨੀ ਬੈਠੇ ਹੈ ਨਸ਼ਾ ਵੇਚਣ ਵਾਲੇ ਤੋਂ। ਪੁਲਿਸ ਨੂੰ ਹਦਾਇਤਾਂ ਦਿੱਤੀਆਂ ਕਿ ਇਹਨੂੰ ਹੱਥ ਨਹੀਂ ਲਾਉਣਾ, ਅਤੇ ਇਸ ਕਰਕੇ ਜਿਹੜੇ ਨਸ਼ਾ ਵੇਚਦੇ ਆ ਉਹਨੂੰ ਇੰਨੀ ਖੁੱਲ੍ਹ ਹੋ ਗਈ ਅਤੇ ਅੱਜ ਦੁਕਾਨਾਂ ਅਤੇ ਘਰਾਂ 'ਤੇ ਵੱਡਾ ਸਬੂਤ ਤੁਹਾਡੇ ਕੋਲ ਹੈ। ਜਿਹੜੇ 66 ਠੇਕੇ ਸ਼ਰਾਬ ਦੇ ਲੁਧਿਆਣਾ ਸ਼ਹਿਰ ਦੇ ਹੈ, ਉਹਨਾਂ 'ਤੇ ਰੇਡ ਮਾਰੀ ਸੈਂਟਰ ਦੀ ਡਰੱਗ ਇਨਫੋਰਸਮੈਂਟ ਏਜੰਸੀ ਨੇ। 66 ਸ਼ਰਾਬ ਦੇ ਸਰਕਾਰੀ ਠੇਕਿਆਂ ਦੇ ਉੱਤੇ ਚਿੱਟਾ ਵਿਕ ਰਿਹਾ ਸੀ ਐਂਡ ਉਹਨੂੰ ਕੁਛ ਨਹੀਂ ਰੋਕਿਆ ਜਾ ਰਿਹਾ ਸੀ, ਅਤੇ ਉਦੋਂ ਜੋ ਸੈਂਟਰ ਦੀ ਏਜੰਸੀ ਨੇ ਜਦੋਂ ਬੰਦ ਕੀਤਾ, ਮਹੀਨੇ ਬਾਅਦ ਫਿਰ ਤੋਂ ਖੋਲ੍ਹ ਦਿੱਤੇ। ਇਸੇ ਨਾਲ ਜੁੜਿਆ ਸਵਾਲ ਹੈਗਾ, ਜਿਵੇਂ ਤੁਸੀਂ ਨਸ਼ੇ ਦੀ ਗੱਲ ਕਰ ਰਹੇ ਹੈਗੇ ਵੀ ਨਸ਼ਿਆਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਲੋਕਾਂ ਨੇ ਕਮੇਟੀਆਂ ਬਣਾ ਦੀਆਂ, ਨਾਕੇ ਲਾਉਣੇ ਸ਼ੁਰੂ ਕਰਤੇ, ਪੁਲਿਸ ਇਸ ਚੀਜ਼ ਨੂੰ ਡਿਨਾਈ ਕਰ ਰਹੀ ਹੈ ਵੀ ਇਹ ਗੈਰ ਕਾਨੂੰਨੀ ਹੈਗਾ, ਅਤੇ ਪੁਲਿਸ ਦੇ ਕੁਝ ਕਰਮਚਾਰੀ ਦੇ ਅਧਿਕਾਰੀਆਂ ਦੇ ਕਿਸੇ ਸੀਨੀਅਰ ਅਫਸਰ ਨੇ ਨਾਂ ਵੀ ਨਸ਼ਰ ਕਰਤੇ ਵੀ ਇਹ ਲੋਕ ਵਿੱਚ ਨਾਲ ਮਿਲੇ ਹੋਏ, ਇਸ ਕਰਕੇ ਨਸ਼ਾ ਜ਼ਿਆਦਾ ਸਾਡੇ ਪੰਜਾਬ 'ਚ ਬੰਦ ਨਹੀਂ ਹੋ ਰਿਹਾ, ਤੁਸੀਂ ਕਿਵੇਂ? ਮੈਂ ਉਹ ਹੀ ਕਹਿ ਰਿਹਾ, ਪਿੰਡਾਂ ਦੀਆਂ ਕਮੇਟੀ ਕਦੋਂ ਬਣਨ ਲੱਗ ਜਾਂਦੀਆਂ? ਜਦੋਂ ਉਹਨਾਂ ਨੂੰ ਵਿਸ਼ਵਾਸ ਉੱਠ ਜਾਂਦਾ ਪੁਲਿਸ 'ਤੇ।
ਹੁਣ ਪੁਲਿਸ ਵਾਲੇ ਜਾਣ ਕੇ ਇਹਨਾਂ ਨੂੰ ਗੈਰ ਕਾਨੂੰਨ ਕਹਿ ਰਿਹਾ ਕਿਉਂਕਿ ਹਲਕੇ ਦੇ MLA ਨੇ ਪੁਲਿਸ ਨੂੰ ਕਿਹਾ ਕਿ ਨਸ਼ੇ ਵਾਲਿਆਂ ਨੂੰ ਤੁਸੀਂ ਪ੍ਰੋਟੈਕਸ਼ਨ ਦੇਣੀ ਹੈ। ਨਸ਼ੇ ਵੇਚਣ ਦੀ ਇੰਨੀ ਹਿੰਮਤ ਹੈ ਕਿ ਕਮੇਟੀਆਂ 'ਤੇ ਵੀ ਹਮਲਾ ਕਰਨ ਲੱਗ ਗਏ। ਜੇ ਕੋਈ ਪੁਲਿਸ ਜੇ ਕੋਈ ਉੱਥੇ ਕੋਈ ਰੇਡ ਮਾਰਦਾ ਉਹਨਾਂ 'ਤੇ ਹਮਲਾ ਕਰਦੇ ਆ। ਅੱਜ ਤੱਕ ਕਿਤੇ ਹੋਇਆ? ਥੈਂਕ ਯੂ।